ਇਹਦੇ ਵਿੱਚ ਕੁੱਤੇ ਮਜ਼ਾ ਲੈ ਜਾਣ ਦਾ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ। ਸ਼ੇਰ ਜਾਣੇ ਤੇ ਦੂਜਾ ਸ਼ੇਰ ਜਾਣੇ, ਤੂੰ ਕਿੱਥੋਂ ਆ ਗਿਆ ਵਿੱਚੋਂ? ਕਹਿੰਦਾ ਕੁੱਤਿਆਂ ਨੂੰ ਮੈਂ ਮਜ਼ਾ ਨਹੀਂ ਲੈਣ। ਬਸ ਆਹ ਚੀਜ਼ ਆਪਣੇ ਅੰਦਰ ਰੱਖੋ, ਐਵੇਂ ਲੜਾਈਆਂ ਦਾ ਤਮਾਸ਼ਾ ਨਾ ਬਣਾਓ। ਲੋਕੀ ਤੇ ਤਮਾਸ਼ਾ ਵੇਖਣ ਲਈ ਤਿਆਰ ਬੈਠੇ ਨੇ, ਅੱਖਾਂ ਖੋਲ ਕੇ ਬੈਠੇ ਨੇ, ਕੋਈ ਗੱਲ ਹੋਵੇ ਇੱਕ ਹੋਵੇ ਮੈਂ ਅਸੀਂ ਵੀ ਕਰੀਏ। ਸ਼ੇਰਾਂ ਦੀ ਲੜਾਈ ਸ਼ੇਰਾਂ ਤੱਕ ਰਹਿਣ ਦਿਓ, ਕੁੱਤਿਆਂ ਨੂੰ ਤਮਾਸ਼ਾ ਨਾ ਬਣਾਉਣ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਇਹ ਗੱਲਾਂ ਨੂੰ ਧਿਆਨ ਨਾਲ ਜਾ ਕੇ ਵਾਰ ਵਾਰ ਸੁਣਿਓ। ਮੈਂ ਕਹਿੰਦਾ ਜ਼ਿੰਦਗੀ ਵਿੱਚ ਇੰਨੀਆਂ ਕੰਮ ਆਉਣਗੀਆਂ, ਮੈਨੂੰ ਹਜ਼ਾਰਾਂ ਪ੍ਰੇਮੀ ਮਿਲਦੇ, ਹਜ਼ਾਰਾਂ ਹਜ਼ਾਰਾਂ ਜਿੱਥੇ ਮੈਂ ਜਾਂਦਾ। ਹੁਣ ਅਸੀਂ ਅਮਰੀਕਾ ਗਏ ਸਾਂ, ਹਜ਼ਾਰਾਂ ਸੰਗਤਾਂ ਦੇ ਪ੍ਰੇਮੀ ਮੈਨੂੰ ਮਿਲੇ। ਕਹਿੰਦੇ ਜਦੋਂ ਦੀਆਂ ਗੱਲਾਂ ਤੁਸੀਂ ਸ਼ੁਰੂ ਕੀਤੀਆਂ ਉਦੋਂ ਦਾ ਸਾਡਾ ਮਾਇੰਡ ਇੰਨਾ ਕਿਰਪਾ ਵਰਤ ਗਈ ਹੈ, ਅੱਗੇ ਡਿਗੂ ਡਿਗੂ ਕਰਦੇ ਸਾਂ, ਹੁਣ ਡੋਲਣਾ ਮੁੱਕ ਗਿਆ। ਡੋਲੀਏ ਕਿਉਂ? ਬਾਪੂ ਬੜਾ ਵੱਡਾ। ਆਖੋ ਧੰਨ ਬਾਬਾ ਦੀਪ ਸਿੰਘ। ਕਹਿੰਦੇ ਇੰਨਾ ਵਿਸ਼ਵਾਸ ਆ ਗਿਆ, ਜਿਹਨੇ ਇਹ ਉਮਰ ਤੱਕ ਸਾਂਭ ਲਿਆ ਨਾ ਅੱਗੇ ਵੀ ਉਹਨੇ ਹੀ ਸਾਂਭਣਾ। ਹੈਂਜੀ ਧੰਨ ਬਾਬਾ ਦੀਪ ਸਿੰਘ, ਸੱਚੀ ਗੱਲ ਇਹਨੇ ਹੀ ਸਾਂਭਿਆ ਤੇ ਇਹਨੇ ਹੀ ਸਾਂਭਣਾ। ਉੱਚੀ ਸਾਰੀ ਕਵੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏ। ਇੱਕ ਵਾਰੀ ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 204 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਹੈ ਮੋਬਾਈਲਾਂ 'ਚ, ਸ਼ਬਦ ਕੱਢ ਲਓ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਵੀ ਜੁੜੇ ਹੋ ਨਾ, ਸੌਣਾ ਨਹੀਂ ਕਿਸੇ ਨੇ, ਇਹ ਰਹਿਣ ਸਵਾਈ ਪੂਰੀ ਅਟੈਂਡ ਕਰਨੀ। ਤੁਸੀਂ ਵੀ ਆਹ ਸੁਸਤੀ ਸਸਤੀ ਪਾ ਕੇ ਨਾ ਬੈਠੇ ਹੋ, ਮੈਨੂੰ ਪਤਾ ਤੁਹਾਡੇ ਚਿਹਰੇ ਖਿੜੇ ਪਏ ਨੇ। ਆਹ ਉੱਪਰ ਵੇਖੋ, ਥੱਲੇ ਜਿੱਧਰ ਵੇਖ ਰਹੇ ਹਾਂ ਸੰਗਤਾਂ ਦੇ ਚਿਹਰੇ ਖਿੜੇ ਨੇ। ਤੁਹਾਡੇ ਚਿਹਰਿਆਂ ਵੱਲ ਵੇਖ ਕੇ ਮੈਨੂੰ ਪੋਜ਼ਿਟਿਵਿਟੀ ਮਿਲਦੀ ਹੈ, ਅਤੇ ਸੱਚੀ ਗੱਲ ਹੈ ਕਈ ਵਾਰੀ ਤੁਹਾਨੂੰ ਮੇਰੇ ਵੱਲ ਵੇਖ ਕੇ ਵੀ ਮਿਲ ਜਾਂਦੀ ਹੈ। ਪਰਿਵਾਰਕ ਮੈਂਬਰ ਆ ਨਾ, ਹੈਂਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਸੱਚਾਈ ਜਿਹੋ ਜਿਹਾ ਮਰਜ਼ੀ ਔਖਾ ਸੌਖਾ ਵੇਲਾ ਆ ਜੇ, ਔਖੇ ਸੌਖੇ ਵੇਲੇ ਨੂੰ ਕੀ ਕਹਿਣਾ, ਤੂੰ ਜਾ ਕਿੱਥੇ? ਕਿੱਥੇ ਜਾ? ਹਾਂ ਉੱਥੇ ਜਾ। ਅਸੀਂ ਬਸ ਅੰਦਰੋਂ ਮਸਤ ਸੀ, ਮਸਤਾਂ ਤੇ ਮਸਤੀ ਰਹਿਣਾ, ਆਨੰਦ 'ਚ ਸੀ, ਆਨੰਦ 'ਚ ਹਾਂ, ਆਨੰਦ 'ਚ ਹੀ ਰਹਿਣਾ। ਆਖੋ ਧੰਨ ਬਾਬਾ ਦੀਪ ਸਿੰਘ। ਤੇ ਜੇ ਕੋਈ ਪ੍ਰੇਮੀ ਇਹੋ ਜਿਹਾ ਬੈਠਾ ਹੋਵੇ ਨਾ ਸੁਸਤੀ ਸਸਤੀ ਪਾਉਣ ਵਾਲਾ, ਇੱਥੇ ਜਾਂ ਬਾਹਰ, ਕਈ ਆਹ ਮੂੰਹ ਖੋਲ ਖੋਲ ਕੇ, ਵੱਡਾ ਵੱਡਾ ਮੂੰਹ ਖੋਲ ਕੇ ਵਸੀਆਂ ਲੈਂਦੇ, ਉਹ ਨਾਲ ਦੇ ਨੂੰ ਵੀ ਸੁਸਤੀ ਪਾ ਕੇ ਰੱਖ ਦਿੰਦੇ ਨੇ। ਆਵਾਜ਼ ਤੋਂ ਮੈਨੂੰ ਪਤਾ ਲੱਗ ਗਿਆ ਗੋਪਾਲਪੁਰੇ ਵਾਲਿਆਂ ਦਾ ਜਕਾਰ ਆਇਆ ਲੱਗਦਾ, ਹੈਨਾ ਉਹ ਹੀ ਨੇ। ਹਾਂ ਤੇ ਇਹ ਮੇਰੀ ਬੇਨਤੀ, ਇਸੇ ਚੜ੍ਹਦੀ ਕਲਾ 'ਚ ਆਪਾਂ ਬਹਿਣਾ, ਬਾਪੂ ਦੀਆਂ ਖੁਸ਼ੀਆਂ ਲੈਣੀਆਂ, ਤੇ ਅੱਜ ਬਾਪੂ ਨੂੰ ਫਿਕਰ ਲਵਾਉਣਾ। ਫਿਕਰ ਅਰਦਾਸ ਤੋਂ ਬਾਅਦ ਜਦੋਂ ਜਾਈਏ, ਬਾਬਾ ਦੀਪ ਸਿੰਘ ਨੂੰ ਫਿਕਰ ਲੱਗ ਜੇ ਆਪਣੀ ਧੀ ਆਪਣੇ ਪੁੱਤ ਦੀਆਂ ਝੋਲੀਆਂ ਕਿਵੇਂ ਮੈਂ ਭਰਨੀਆਂ, ਇਹਦਾ ਬਾਬਾ ਇਹਦਾ ਰੋਗ ਮੈਂ ਕਿਵੇਂ ਕੱਟਣਾ, ਇਹਦੇ ਘਰਾਂ ਵਿੱਚ ਮੈਂ ਬਰਕਤ ਕਿਵੇਂ ਭੇਜਣੀ, ਇਹਦੀ ਗਰੀਬੀ ਕਿਵੇਂ ਕੱਟਣੀ, ਬਾਪੂ ਨੂੰ ਫਿਕਰ ਲੱਗ ਜੇ, ਤਾਂ ਜੋ ਆਉਂਦੇ ਸਾਲ ਅਸੀਂ ਆਈਏ ਤੇ ਬਾਬਾ ਦੀਪ ਸਿੰਘ ਜੀ ਦੀ ਆ ਚੜ੍ਹਦੀ ਕਲਾ ਵਿੱਚ ਪੰਜਾਵਾਂ ਪੰਜਾਵਾਂ ਨੂੰ, ਸੌਵਾਂ ਸੌਵਾਂ ਨੂੰ ਹੋਰ ਲਿਆਈਏ, ਬਾਪੂ ਤੂੰ ਮੇਰੀ ਝੋਲੀ ਭਰੀ, ਹੁਣ ਜਿਹੜੇ 50 ਨਾਲ ਆਏ ਨੇ ਇਹਨਾਂ ਤੇ ਵੀ ਕਿਰਪਾ ਕਰ ਦੇ ਬਾਬਾ। ਆਓ
ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਮੋਬਾਈਲਾਂ 'ਚ ਸ਼ਬਦ ਕੱਢ ਲਓ। ਆਸ ਪਿਆਸੀ ਚਿੱਤਵੋਂ ਦਿਨ ਰਹਿਣੀ ਹੈ ਕੋਈ ਸੰਤ ਮਿਲਾਵੇ ਨੇਰਾ। ਸਿੱਧੀ ਜੀ ਲੈ ਵਿੱਚ ਮੈਂ ਸ਼ਬਦ ਪੜ੍ਹਨਾ ਅਤੇ ਮੇਰੇ ਨਾਲ ਨਾਲ ਸਾਰੇ ਪੜ੍ਹਿਓ। ਔਰ ਮੈਂ ਅੰਦਰੋਂ ਧੰਨਵਾਦ ਕਰਦਾ ਇੱਥੋਂ ਦੀ ਸਾਰੀ ਕਮੇਟੀ, ਬਾਬਾ ਦੀਪ ਸਿੰਘ ਫਾਊਂਡੇਸ਼ਨ ਇਹ ਕਮੇਟੀ, ਬਾਬਾ ਹਰਮਿੰਦਰ ਸਿੰਘ ਜੀ ਬੈਠੇ ਨੇ ਸਟੇਜ ਦੇ ਉੱਤੇ, ਇਹਨਾਂ ਦਾ ਜਿਹੜੇ ਸਾਡੇ ਸਾਰਿਆਂ ਦੇ ਸਿਰ 'ਤੇ ਹੱਥ ਰੱਖਦੇ ਨੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਗੁਰਇਕਬਾਲ ਸਿੰਘ ਜੀ, ਉਹਨਾਂ ਦਾ ਜਿਨ੍ਹਾਂ ਨੇ ਆ ਇਸ ਅਸਥਾਨ ਦੇ ਉੱਤੇ ਇਹ ਸਮਾਗਮ ਕਰਵਾਉਣ ਦੇ ਵਿੱਚ ਅਸੀਸਾਂ ਵੀ ਦਿੱਤੀਆਂ, ਪੂਰਨ ਸਹਿਯੋਗ ਵੀ ਦਿੱਤਾ। ਔਰ ਇਹਨਾਂ ਦੀ ਅਰਦਾਸ ਕਰਿਓ ਬਾਪੂ ਖੰਡੇ ਵਾਲਾ ਸਭ ਨੂੰ ਹੋਰ ਵਧਾਵੇ, ਹੋਰ ਭਾਗ ਲਾਵੇ। ਆਓ ਬੜੇ ਪਿਆਰ 'ਚ ਪੜ੍ਹਿਓ ਜੀ ਸਾਰੇ, ਇੱਕ ਵਾਰੀ ਪੁੱਛ ਨਾ ਚੜ੍ਹਦੀ ਕਲਾ 'ਚ ਕਈਆਂ ਦੀ ਅੱਧੀ ਅੱਧੀ ਚੜ੍ਹਦੀ ਕਲਾ ਸੀ ਪੂਰੀ। ਆਓ ਜੀ ਬੜੇ ਪਿਆਰ 'ਚ ਸ਼ਬਦ ਪੜਿਓ ਮੇਰੇ ਨਾਲ। ਹਰ ਪੇਖਣ ਕੋ
ਪਿਆਰ ਨਾਲ ਲਖੋ ਧੰਨ ਬਾਬਾ।
संत पर साथ गाए गुण सागरे जन्म जन्म को जात बहोरा संत पर साथ गाए गुण सागरे जन्म जन्म को जात बहोरा आनंद सुख पेटत हर नानक जन्म कृतार्थ सफल सवेरा है कोई संत मिला बेनेरा है कोई संत मिला बेनेरा आस पे वो दिन रैनी है कोई संत मिला वे मेरा है कोई संत मिला वे मेरा बाबा दीप सिंह जी बाबा दीप सिंह जी बाबा दीप सिंह जी सारे बाबा दीप सिंह जी बाबा दीप सिंह जी बाबा दीप सिंह जी आस पे आसी चित वो दिन रैनी है कोई संत मिलावे मेरा है कोई संत मिलावे मेरा आस पे आसी चित वो दिन रैनी है कोई संत मिलावे संत मिलावे बाबा दीप सिंह जी 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 बाबा दीप
ਕੋਈ ਆਵੇ ਸੰਤੋ, ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਤਨ ਖੰਡੇ ਵਾਲਿਆ ਮੇਰਾ ਜਨ ਕੇ ਹੋ ਤਿਸ ਜਨ ਕੇ ਹੋ ਮਲ ਮਲ ਧੋਵਾ ਪਾ ਕੋਈ ਆਵੇ ਸੰਤੋ ਹਰ ਕਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਗੱਜ ਕੇ ਗੱਜ ਕੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਿੰਘ ਜੀ ਬਾਬਾ ਦੀਪ 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 ਸਿੰਘ ਜੀ ਗੱਜ ਕੇ ਬਾਬਾ ਦੀਪ ਸਿੰਘ ਜੀ 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 ਗੱਜ ਕੇ ਬਾਬਾ ਦੀਪ ਸਿੰਘ ਜੀ 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 ਬਾਬਾ ਦੀਪ ਸਿੰਘ
ਵਾਹਿਗੁਰੂ 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 ਸਾਰੇ ਨੱਚ ਕੇ ਅੱਜ ਵੱਡੇ ਬਾਪੂ ਦੇ ਵੱਡੇ ਘਰ ਆਏ ਹੋ ਬਾਬਾ ਦੀਪ ਸਿੰਘ ਜੀ ਕਹੋ ਤੁਹਾਨੂੰ ਬਾਬਾ ਦੀਪ ਸਿੰਘ ਜੀ ਇੱਕ ਮਿੰਟ ਸਟੇਜ ਵਾਲੇ ਨਾ ਬੋਲਣ ਸੰਗਤ ਦੀ ਆਵਾਜ਼ ਆਵੇ ਆਖੋ ਤੁਹਾਨੂੰ ਬਾਬਾ ਆਹ ਠੰਡ ਪੈ ਗਈ
ਫਿਰ ਕਵੋ ਧੰਨ ਬਾਬਾ, ਫਿਰ ਆਖੋ ਧੰਨ ਬਾਬਾ। ਬਾਬਾ ਦੀਪ ਸਿੰਘ ਜੀ ਵਰਗੇ ਸਾਧੂ ਜੇ ਜ਼ਿੰਦਗੀ ਦੇ ਵਿੱਚ ਆ ਜਾਣ ਨਾ ਕਮਾਈ ਵਾਲੇ ਰੰਗ ਰੱਕੜੇ, ਕਿਉਂਕਿ ਬਾਬਾ ਤੇ ਹੁਣ ਵੀ ਬੈਠਾ, ਮੈਂ ਬੋਲ ਰਿਹਾ ਮੇਰੇ ਅੰਦਰੋਂ ਵੀ ਬੋਲਦਾ, ਸੱਚੀ ਗੱਲ ਹੈ। ਤੁਸੀਂ ਸੁਣ ਰਹੇ, ਤੁਹਾਡੇ ਅੰਦਰ ਬੈਠਾ ਸੁਣ ਵੀ ਰਿਹਾ ਹੈ ਜੀ। ਧੰਨ ਬਾਬਾ। ਜਿਹੜਾ ਜਿਹੜਾ ਵੀ ਪਿਆਰ ਦੇ ਵਿੱਚ ਜਿੱਥੇ ਵੀ ਕੋਈ ਸੇਵਾ ਨਿਭਾ ਰਿਹਾ ਨਾ, ਹਰੇਕ ਦੇ ਵਿੱਚ ਉਹ ਹੀ ਤੇ ਕਲਾ ਵਰਤਾ ਰਿਹਾ, ਹਰ ਜਗ੍ਹਾ ਤੇ ਹਾਜ਼ਰ ਨਾ ਚ ਹਰ ਜਗ੍ਹਾ ਤੇ। ਤੇ ਇਹ ਬਾਬਾ ਦੀਪ ਸਿੰਘ ਵਰਗੇ ਰੰਗ ਰਤੜੇ ਮਹਾਂਪੁਰਖ ਜਦੋਂ ਜੀਵਨ ਵਿੱਚ ਆਉਂਦੇ ਹਨ, ਬੜੀ ਬਖਸ਼ਿਸ਼ ਵਰਤਦੀ, ਬੜੀ ਰਹਿਮਤ। ਬੰਦਾ ਕਿੱਥੇ ਹੁੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ ਜੀ, ਲੈਵਲ ਕਿੱਥੇ ਹੁੰਦਾ ਕਿੱਥੇ ਦਾ ਕਿੱਥੇ, ਅਧਿਆਤਮਕਤਾਈ ਦੇ ਤੌਰ ਤੇ ਵੀ ਤੇ ਦੁਨਿਆਵੀ ਤੌਰ ਤੇ ਵੀ। ਇੱਕ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਧਿਆਨ ਨਾਲ ਸੁਣਿਆ। ਬਾਬਾ ਦੀਪ ਸਿੰਘ ਨਾਲ ਤੁਹਾਡਾ ਹੋਰ ਇਸ਼ਕ ਵੱਧ ਜਾਏਗਾ, ਹੋਰ ਪਿਆਰ ਵੱਧ ਜਾਏਗਾ। ਮੈਨੂੰ ਇਉਂ ਲੱਗਦਾ ਹੈ ਜਿਵੇਂ ਇਸ ਤੋਂ ਬਾਅਦ ਤੁਹਾਡਾ ਕੋਈ ਨਿੱਕਾ ਕੰਮ ਹੋਏਗਾ ਭਾਵੇਂ ਵੱਡਾ ਹੋਏਗਾ, ਥਾਂ ਥਾਂ ਤੇ ਭਟਕਣਾ ਛੱਡ ਦਿਓਗੇ, ਇੱਕੋ ਹੀ ਕੰਮ ਕਰਿਆ ਕਰੋਗੇ, ਖੰਡੇ ਵਾਲੇ ਨੂੰ ਧੰਨ ਕਿਹਾ ਕਰੋਗੇ। ਧੰਨ ਬਾਬਾ ਸਿੰਘ ਜੀ। ਬਾਬਾ ਤੂੰ ਇੰਨਾ ਵੱਡਾ, ਇੰਨਾ ਜ਼ਾਰਾ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਜੈਸੇ ਘਰ ਲੱਗੇ ਆਗ ਭਾਗ ਨਿਕਸਤ ਖਾਨ। ਕਹਿੰਦੇ ਕਿਸੇ ਦੇ ਘਰ ਨੂੰ ਮੰਨ ਲਓ ਅੱਗ ਲੱਗੀ, ਗੱਲ ਸੁਣਨ ਵਾਲੀ ਜੇ ਸਾਨੂੰ ਰੱਬ ਬਚਾ ਕੇ ਰੱਖੇ। ਇੱਕ ਐਗਜ਼ਾਮਪਲ ਦਿੱਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਜੈਸੇ ਘਰ ਲੱਗੇ ਆਗ ਭਾਗ ਨਿਕਸਤ ਖਾਨ, ਪ੍ਰੀਤਮ ਪੜੋਸੀ ਧਾਏ ਜਰਤ ਬੁਝਾਵਈ। ਕਹਿੰਦੇ ਜੇ ਕਿਸੇ ਬੰਦੇ ਦੇ ਘਰ ਨੂੰ ਅੱਗ ਲੱਗ ਜਾਵੇ ਨਾ, ਹੁਣ ਘਰੋਂ ਨਿਕਲਿਆ ਬਾਹਰ, ਉੱਚੀ ਉੱਚੀ ਉਹਨੇ ਰੌਲਾ ਪਾਤਾ ਜੀ ਅੱਗ ਲੱਗ ਗਈ ਮੇਰੇ ਘਰ ਨੂੰ, ਤੇ ਜਿਹੜੇ ਆਸ ਪੜੋਸ ਵਾਲੇ ਪਿਆਰ ਕਰਨ ਵਾਲੇ ਹੁੰਦੇ ਆ ਨਾ, ਉਹ ਕਰਦੇ ਕੀ ਨੇ, ਬਲਦੀ ਹੋਈ ਅੱਗ ਨੂੰ ਬੁਝਾਉਣ ਦਾ ਯਤਨ ਕਰਦੇ ਨੇ। ਕਦੀ ਪਾਣੀ ਪਾਉਣਗੇ, ਕਦੀ ਮਿੱਟੀ ਪਾਉਣਗੇ, ਕਦੀ ਕੋਈ ਹੀਲਾ ਵਸੀਲਾ ਕਰਨਗੇ ਕਿ ਸਾਡੇ ਗੁਆਂਢੀ ਦੇ ਘਰ ਨੂੰ ਅੱਗ ਲੱਗੇ। ਚੰਗੇ ਗੁਆਂਢੀ ਇੱਦਾਂ ਹੀ ਕਰਨਗੇ ਨਾ ਕਿ ਖਲੋ ਕੇ ਤਮਾਸ਼ਾ ਵੇਖਣਗੇ, ਅੱਗ ਬੁਝਾਉਣ ਦੀ ਕੋਸ਼ਿਸ਼ ਕਰਨਗੇ ਕਿ ਲਾਉਣ ਦੀ। ਚੰਗੇ ਗੁਆਂਢੀ ਕੀ ਕਰਨਗੇ ਦੱਸੋ, ਹਾਂ ਕੀ ਕਿਹੜੀ ਕੋਸ਼ਿਸ਼ ਕਰਨਗੇ, ਬੁਝਾਉਣ ਦੀ ਕਿ ਲਾਉਣ ਦੀ, ਬੁਝਾਉਣ ਦੀ। ਆਖੋ ਧੰਨ ਬਾਬਾ ਦੀਪ ਸਿੰਘ। ਇਹ ਅੱਗ ਨੂੰ ਕਿਸੇ ਵੀ ਪੱਖ ਤੋਂ ਲੈ ਲਓ, ਕਿਸੇ ਵੀ ਪੱਖ ਤੋਂ, ਅੱਗ ਨੂੰ ਬੁਝਾਉਣ ਵਾਲਿਆਂ ਦੀ ਗਿਣਤੀ 'ਚ ਆਇਓ, ਲਾਉਣ ਵਾਲਿਆਂ ਦੀ ਗਿਣਤੀ 'ਚ ਨਹੀਂ। ਕਿਉਂਕਿ ਜਦੋਂ ਲੇਖਾ ਹੁੰਦਾ ਨਾ, ਬੁਝਾਉਣ ਵਾਲਿਆਂ ਦਾ ਵੀ ਹੁੰਦਾ ਤੇ ਲਾਉਣ ਵਾਲਿਆਂ ਦਾ ਵੀ ਹੁੰਦਾ, ਤੇ ਲਾਉਣ ਵਾਲਿਆਂ ਦੇ ਹੁੰਦੇ ਨੇ ਮੂੰਹ ਕਾਲੇ, ਤੇ ਜਿਹੜੇ ਬੁਝਾਉਣ ਵਾਲੇ ਹੁੰਦੇ ਨਾ, ਬਾਬਾ ਦੀਪ ਸਿੰਘ ਉਹਨਾਂ ਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦੇ ਨੇ। ਆ ਮੇਰੇ ਬੱਚਿਆ, ਤੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ, ਲਾਉਣ ਦੀ ਨਹੀਂ। ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਜੈਸੇ ਘਰ ਲੱਗੇ ਆਗ ਭਾਗ ਨਿਕਸਤ ਖਾਨ, ਪ੍ਰੀਤਮ ਪੜੋਸੀ ਧਾਏ ਜਰਤ ਬੁਝਾਵਈ। ਕਹਿੰਦੇ ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗੀ, ਜਿਹੜੇ ਸਿਆਣੇ ਪੜੋਸੀ ਸੀ, ਸਿਆਣੇ ਗੁਆਂਢੀ, ਉਹਨਾਂ ਨੇ ਕੋਸ਼ਿਸ਼ ਕਰਕੇ ਉਹ ਅੱਗ ਨੂੰ ਬੁਝਾ ਦਿੱਤਾ। ਅਗਲੀ ਮਿਸਾਲ ਕੀ ਦਿੱਤੀ, ਕਹਿੰਦੇ ਗੋ ਧਨ ਹਰਤ ਜੈਸੇ ਕਰਤ ਪੁਕਾਰ ਗੋਪ, ਗਾਉ ਮੇ ਗੁਹਾਰ ਲਾਗ ਤੁਰੰਤ ਛਡਾਵਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਿਵੇਂ ਗਊਆਂ ਦਾ ਸਮੂਹ, ਗਊਆਂ ਦਾ ਜਿਹੜਾ ਵਾਕੇ ਕੋਈ ਦੂਜਾ ਲੈ ਜੇ, ਮੰਨ ਲਓ ਕਿਸੇ ਦੀਆਂ 10 ਗਊਆਂ ਨੇ, ਗਾਵਾਂ ਨੇ 10, ਕੋਈ ਲੈ ਗਿਆ ਉਹ ਗਾਵਾਂ ਨੂੰ,
ਤੇ ਹੁੰਦਾ ਕੀ ਹੈ, ਕਹਿੰਦੇ ਪਿੰਡ ਦੇ ਅੰਦਰ ਜਿਹੜਾ ਗਾਵਾਂ ਦਾ ਮਾਲਕ ਇਹਨਾਂ ਗੁਹਾਰ ਮਾਰਦਾ, ਤੇ ਹੋਇਆ ਕੀ, ਪਿੰਡ ਵਾਲੇ ਇਕੱਠੇ ਹੋਏ, ਜਿਹੜਾ ਗਾਵਾਂ ਨੂੰ ਲੈ ਕੇ ਗਿਆ, ਗਾਵਾਂ ਨੂੰ ਛਡਵਾ ਕੇ ਵਾਪਸ ਗਾਵਾਂ ਦੇ ਮਾਲਕ ਕੋਲ ਗਾਵਾਂ ਨੂੰ ਪਹੁੰਚਾ ਦਿੱਤਾ। ਇੱਦਾਂ ਹੀ ਹੋਇਆ ਨਾ, ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਅਗਲੀ ਗੱਲ, ਤੀਜੀ ਮਿਸਾਲ ਭਾਈ ਸਾਹਿਬ ਜੀ ਦਿੰਦੇ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਮਿਸਾਲ ਦਿੱਤੀ, ਘਰ ਨੂੰ ਅੱਗ ਲੱਗ ਗਈ, ਗੁਆਂਢੀਆਂ ਨੇ ਬੁਝਾਈ, ਚੰਗੇ ਗੁਆਂਢੀਆਂ ਨੇ ਅੱਗ ਲਾਈ ਨੀ ਬੁਝਾਈ ਜੀ। ਉਸ ਤੋਂ ਬਾਅਦ ਦੂਜੀ ਮਿਸਾਲ ਗਊਆਂ ਦੀ ਦਿੱਤੀ, ਗਾਵਾਂ ਦੀ, ਜਾਨਵਰਾਂ ਦੀ। ਜੇ ਕਿਤੇ ਕਿਸੇ ਦੇ ਡੰਗਰ ਦੂਜੀ ਜਗ੍ਹਾ ਚਲੇ ਗਏ, ਉਹ ਗੁਹਾਰ ਮਾਰੇ ਪਿੰਡ 'ਚ ਜਾ ਕੇ, ਬਈ ਮੇਰੇ ਨਾਲ ਮਦਦ ਕਰੋ ਮੇਰੇ ਡੰਗਰ ਲੱਭਣ ਦੇ ਵਿੱਚ, ਚੰਗੇ ਪੜੋਸੀ ਨਾਲ ਗਏ ਤੇ ਗਾਵਾਂ ਲੱਭ ਕੇ ਲਿਆ ਦਿੱਤੀਆਂ, ਉਹਦੇ ਜਾਨਵਰ ਲੱਭ ਕੇ ਲਿਆ ਦਿੱਤੇ। ਤੀਜੀ ਮਿਸਾਲ ਦਿੱਤੀ, ਕਹਿੰਦੇ ਬੂਡਤ ਅਥਾ ਜੈਸੇ ਪਰਬਲ ਪ੍ਰਵਾਹ ਵਿਖੇ, ਪੇਖਤ ਪੈਰਊਆ ਵਾਰ ਪਾਰ ਲੈ ਲਗਾਵਈ। ਕਹਿੰਦੇ ਡੂੰਘੇ ਜਲ ਦੇ ਵਿੱਚ ਮੰਨ ਲਓ ਕੋਈ ਬੰਦਾ ਡੁੱਬ ਰਿਹਾ, ਹੜ੍ਹ ਆ ਗਿਆ, ਕੋਈ ਬੰਦਾ ਡੁੱਬ ਰਿਹਾ, ਤੇ ਡੁੱਬਦੇ ਨੂੰ ਵੇਖ ਕੇ ਕਈ ਵਾਰੀ ਹੁੰਦਾ ਕੀ ਹੈ, ਜਿਹੜਾ ਤਾਰੀ ਲਾਉਣ ਵਾਲਾ ਨਾ, ਤਾਰੀ ਲਾ ਕੇ ਡੁੱਬਦੇ ਬੰਦੇ ਨੂੰ ਬਚਾ ਲੈਂਦਾ, ਡੁੱਬਦੇ ਨੂੰ ਬਚਾਇਆ ਤਾਰੀ ਲਾ ਕੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਬੰਦੇ ਨੂੰ ਫੜਿਆ ਜਾਂ ਉਹ ਚੀਜ਼ ਨੂੰ ਫੜਿਆ, ਕਿਨਾਰੇ ਲਾਤਾ। ਤੇ ਅਗਲੀ ਮਿਸਾਲ ਪਤਾ ਕੀ ਦਿੰਦੇ ਭਾਈ ਗੁਰਦਾਸ ਜੀ, ਇਹ ਬਾਬਾ ਦੀਪ ਸਿੰਘ ਜੀ ਤੇ ਆ ਰਹੀ ਗੱਲ। ਅਗਲੀ ਮਿਸਾਲ ਦਿੰਦੇ, ਕਹਿੰਦੇ ਤੈਸੇ ਅੰਤ ਕਾਲ ਜਮ ਜਾਲ ਕਾਲ ਬਿਆਲ ਗ੍ਰਸੇ, ਗੁਰਸਿੱਖ ਸਾਧ ਸੰਤ ਸੰਕਟ ਮਿਟਾਵਹੀ। ਕਹਿੰਦੇ ਜਿਵੇਂ ਬੰਦੇ ਨੂੰ ਜਿਉਂਦਿਆਂ ਜੀ ਤੇ ਭਾਵੇਂ ਮਰਨ ਲੱਗਿਆਂ ਜਮ ਕਾਲ ਚਿਮੜਨ ਲੱਗੇ ਨਾ, ਜਿਉਂਦਿਆਂ ਜੀ ਵੀ ਜਮ ਚਿਮੜ ਜਾਂਦੇ ਨੇ, ਜਿਉਂਦਿਆਂ ਜੀ ਵੀ ਚਿਮੜਦੇ ਨੇ, ਇੱਕ ਦੇਖਿਆ ਮਰਨ ਤੋਂ ਬਾਅਦ ਜਮ ਉਹ ਵੀ ਹੁੰਦੇ ਨੇ, ਜਿਉਂਦਿਆਂ ਜੀ ਵੀ ਚਿੰਬੜ ਜਾਂਦੇ, ਜਮ ਵਿਕਾਰਾਂ ਦੇ ਰੂਪ ਚ ਚਿੰਬੜ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਰਨ ਤੋਂ ਬਾਅਦ ਵੀ ਜੂਨਾ ਭੁਗਤਦਾ ਬੰਦਾ, ਮਰਨ ਤੋਂ ਪਹਿਲੇ ਵੀ ਅਸੀਂ ਭੁਗਤ ਕੇ ਆਏ ਹਾਂ, ਪਰ ਜਿਉਂਦਿਆਂ ਜੀ ਵੀ ਬੜੀਆਂ ਜੂਨਾਂ ਭੁਗਤਦਾ ਬੰਦਾ। ਅੰਦਰ ਮਾਇਆ ਦਾ ਲਾਲਚ ਆ ਗਿਆ, ਸੱਪ ਦੀ ਜੂਨ ਵਿੱਚ ਉਸੇ ਵੇਲੇ ਪੈ ਜਾਂਦਾ ਹੈ। ਬੱਚਿਆਂ ਦਾ ਮੋਹ ਜਾਗ ਪਿਆ, ਸੂਰ ਦੀ ਜੂਨ ਵਿੱਚ ਉਸੇ ਵੇਲੇ ਪੈ ਗਿਆ ਹੈ ਜੀ। ਤੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕਰਨ ਦਾ ਫਾਇਦਾ ਕੀ ਸੁਣਿਓ, ਕਹਿੰਦੇ ਜਿਵੇਂ ਘਰ ਨੂੰ ਲੱਗੀ ਅੱਗ, ਪੜੋਸੀ ਨੇ ਆ ਕੇ ਬੁਝਾਉਣ ਵਿੱਚ ਕੀਤੀ ਮਦਦ, ਕਿਸੇ ਦੀਆਂ ਗਊਆਂ ਦੂਜੇ ਪਿੰਡ ਵਿੱਚ ਚਲੀਆਂ ਗਈਆਂ, ਦੂਜੇ ਖੇਤਾਂ ਵਿੱਚ ਚਲੀਆਂ ਗਈਆਂ, ਜਾਂ ਕੋਈ ਉਹਨਾਂ ਨੂੰ ਲੈ ਗਿਆ, ਜਦੋਂ ਉਸ ਗਊਆਂ ਦੇ ਉਸ ਜਾਨਵਰਾਂ ਦੇ ਮਾਲਕ ਨੇ ਗੁਹਾਰ ਲਾਈ, ਦੂਜੇ ਨਾਲ ਤੁਰ ਪਏ, ਜਦੋਂ ਨਾਲ ਤੁਰੇ ਉਹਦੀਆਂ ਗਊਆਂ ਉਹਦੇ ਹਵਾਲੇ ਕਰਤੀਆਂ ਲਿਆ ਕੇ। ਕਹਿੰਦੇ ਬੰਦਾ ਕੋਈ ਡੁੱਬ ਰਿਹਾ, ਡੁੱਬਦੀ ਕੋਈ ਚੀਜ਼ ਜਾਂ ਬੰਦੇ ਨੂੰ ਵੇਖ ਕੇ ਜਿਹੜਾ ਤੈਰਾਕ ਸੀ ਉਹਨੇ ਤਾਰੀ ਲਾਈ, ਉਹ ਚੀਜ਼ ਨੂੰ ਬਾਹਰ ਕੱਢ ਕਿਨਾਰੇ ਤੇ ਲਾਤਾ। ਕਹਿੰਦੇ ਇਸੇ ਤਰ੍ਹਾਂ ਜਿਉਂਦਿਆਂ ਜੀ ਭਾਵੇਂ ਮਰਨ ਤੋਂ ਬਾਅਦ ਬੰਦੇ ਨੂੰ ਜੰਮ ਜਦੋਂ ਚੰਬੜਦੇ ਨੇ ਨਾ, ਤੇ ਇੱਕ ਵਾਰੀ ਬੰਦਾ ਕਹਿ ਦੇਵੇ ਨਾ ਪਿਆਰ ਵਿੱਚ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਫਿਰ ਜਮਾਂ ਦੀ ਕੋਈ ਮਜਾਲ ਨਹੀਂ, ਉਸ ਬੰਦੇ ਨੂੰ ਕੋਈ ਹੱਥ ਵੀ ਪਾ ਜਾਵੇ, ਬੋਲੇ ਸੋਨਹਾਲ ਸ੍ਰੀ ਅਕਾਲ। ਜਿਉਂਦਿਆਂ ਜੀ ਵੀ ਜੰਮ ਬੰਦੇ ਦਾ ਕੁਝ ਨਹੀਂ ਵਿਗਾੜ ਸਕੇ, ਇਹ ਵਿਕਾਰ ਆ ਚੀਜ਼ਾਂ ਕੁਝ ਨਹੀਂ ਵਿਗਾੜ ਸਕੀਆਂ,
ਤੇ ਮਰਨ ਤੋਂ ਬਾਅਦ ਵੀ ਰੇਰੇ ਦਰਗੇ ਕਹੇ ਨਾ ਕਹੋ ਆਓ ਬੈਠ ਆਪਦਰ ਸੁਭ ਦੇਉ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਆ ਜਿਹੜਾ ਰੈਣ ਸਵਾਈਆਂ ਕੱਟ ਰਹੇ ਹੋ ਨਾ ਐਵੇਂ ਨਾ ਸਮਝਿਓ ਅਸੀਂ ਆ ਗਏ ਆ ਮੇਲਾ ਵੇਖਣ ਵੈਸੇ ਤੇ ਕੋਈ ਮੇਲਾ ਵੇਖਣ ਆਇਆ ਹੀ ਨਹੀਂ ਸਾਰੀਆਂ ਸੰਗਤਾਂ ਟਿੱਕੀਆਂ ਜਿੰਨੀਆਂ ਇੱਥੇ ਇੰਨੀਆਂ ਹੀ ਬਾਹਰ ਇੰਨੀਆਂ ਹੀ ਉੱਪਰ ਬੈਠੀਆਂ ਸੁਣਿਓ ਸਾਰੇ ਤੁਸੀਂ ਭਾਵਨਾ ਦਾ ਭਾਂਡਾ ਲੈ ਕੇ ਆਏ ਹੋ ਤੇ ਜੇ ਕੋਈ ਏਦਾਂ 1-2% ਵੀ ਆਏ ਹੁਣ ਚੱਲ ਮੇਲਾ ਇਹ ਮੇਲਾ ਨਹੀਂ ਇਹ ਜੋੜ ਮੇਲਾ ਹੈ ਤੇ ਇਸ ਰੈਣ ਸਬਾਈ ਦਾ ਫਾਇਦਾ ਪਤਾ ਕੀ ਹੋਣਾ ਇਹਦਾ ਲਾਭ ਜਦੋਂ ਤੁਸੀਂ ਪਿਆਰ ਨਾਲ ਆ ਕੇ ਇੱਥੇ ਰੈਣ ਸਬਾਈ ਕੱਟੀ ਆ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਮੈਨੂੰ ਉਹਦੇ ਤੇ ਵਿਸ਼ਵਾਸ ਬੜਾ ਆ ਹਿੱਕ ਤੇ ਹੱਥ ਵੀ ਮਾਰਿਆ ਨਾ ਉਹਦੀ ਕਿਰਪਾ ਨਾਲ ਮਾਰ ਰਹੇ ਹਾਂ ਆਪਣੇ ਬਲ ਨਾਲ ਨਹੀਂ ਈਗੋ ਵਸ ਹੋ ਕੇ ਨਹੀਂ ਜਦੋਂ ਤੁਸੀਂ ਪਿਆਰ ਨਾਲ ਆ ਕੇ ਰੈਣ ਸਬਾਈ ਕੱਟੀ ਆ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਉਹ ਖੰਡੇ ਵਾਲਾ ਬਾਬਾ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਣ ਲੱਗ ਪਿਆ ਜ਼ਿੰਦਗੀ ਦੇ ਵਿੱਚ ਆ ਕੇ ਜਮਦੂਤ ਕਿਸੇ ਵੀ ਰੂਪ 'ਚ ਆਏ ਭਾਵੇਂ ਕਾਮ ਦੇ ਰੂਪ 'ਚ ਆ ਗਏ ਕ੍ਰੋਧ ਦੇ ਰੂਪ 'ਚ ਆ ਗਏ ਲੋਭ ਦੇ ਮੋਹ ਦੇ ਹੰਕਾਰ ਦੇ ਰੂਪ 'ਚ ਜੰਮ ਆ ਗਏ ਬੰਦੇ ਨੂੰ ਚਮੜਨ ਲੱਗੇ ਕਿਤੇ ਗਰੀਬੀ ਦਾ ਜਮਦੂਤ ਆ ਗਿਆ ਕਿਤੇ ਰੋਗਾਂ ਦਾ ਜਮਦੂਤ ਆ ਗਿਆ ਕਿਤੇ ਕਰਜ਼ੇ ਦੇਣੇ ਨੇ ਫਲਾਣਿਆਂ ਦੇ ਕਰਜ਼ਾ ਚੜ ਗਿਆ ਉਸ ਰੂਪ 'ਚ ਆ ਗਿਆ ਕਿਸੇ ਵੀ ਰੂਪ 'ਚ ਆਇਆ ਤੇ ਤੂੰ ਪਿਆਰ ਨਾਲ ਬਾਹਾਂ ਤਾਂ ਕਰਕੇ ਕਿਹਾ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਮੈਨੂੰ ਪਛਾੜ ਲੈ ਆ ਜੰਮ ਮੈਨੂੰ ਤੰਗ ਕਰਨ ਲੱਗੇ ਮੈਨੂੰ ਪਛਾੜ ਲੈ ਮੇਰਾ ਹੁਣ ਬਸ ਨਹੀਂ ਚੱਲ ਰਿਹਾ ਮੇਰਾ ਹੁਣ ਕੋਈ ਬਲ ਨਹੀਂ ਮੇਰਾ ਕੋਈ ਬਸ ਨਹੀਂ ਚੱਲਦਾ ਮੈਂ ਤੇ ਹਾਰ ਗਿਆ ਮੈਂ ਤੇ ਪਹਿਲੇ ਵੀ ਹਾਰਿਆ ਸੀ ਹੁਣ ਵੀ ਹਾਰਿਆ ਇਹ ਤੇ ਤੂੰ ਜਾਣਦਾ ਯਾਰ ਤੈਨੂੰ ਪਤਾ ਹੈ ਅੰਦਰਲੀ ਗੱਲ ਤੈਨੂੰ ਪਤਾ ਹੈ ਮੈਂ ਪਹਿਲੇ ਵੀ ਹਾਰਿਆ ਸੀ ਹੁਣ ਵੀ ਹਾਰਿਆ ਤੇਰੇ ਅੱਗੇ ਜ਼ੋਰ ਕੋਈ ਨਹੀਂ ਅੱਗੇ ਵੀ ਮੈਂ ਤੇਰੇ ਅੱਗੇ ਹਾਰਿਆ ਹੀ ਰਹਿਣਾ ਕਿਰਪਾ ਕਰ ਜਮਾਂ ਤੋਂ ਮੈਨੂੰ ਬਚਾ ਲੈ ਕਿਸੇ ਵੀ ਰੂਪ 'ਚ ਆ ਗਏ ਨੇ ਕਲਯੁਗ ਦਾ ਰੂਪ ਧਾਰਨ ਕਰਕੇ ਆ ਗਏ ਕਿਸੇ ਵੀ ਰੂਪ 'ਚ ਆ ਗਏ ਮੈਨੂੰ ਇਹਨਾਂ ਤੋਂ ਬਚਾ ਤੇ ਬਚੇਗਾ ਉਹ ਹੀ ਜਿਹੜਾ ਅੰਦਰੋਂ ਬਾਹਾਂ ਤਾਂ ਕਰਕੇ ਕਹੇਗਾ ਧੰਨ ਬਾਬਾ ਦੀਪ ਸਿੰਘ ਜੀ ਉੱਪਰ ਪੂਜਾ ਕਰ ਮੈਂ ਗੁਰੂ ਪੈ ਪੁਕਾਰਿਆ ਮੈਂ ਬਾਹਾਂ ਖੜੀਆਂ ਕਰਕੇ ਗੁਰੂ ਨੂੰ ਆਵਾਜ਼ ਮਾਰੀ ਮੈਂ ਆਪਣੇ ਮਾਲਕ ਨੂੰ ਆਵਾਜ਼ ਮਾਰੀ ਆਪਣੇ ਸਾਹਿਬ ਨੂੰ ਆਵਾਜ਼ ਮਾਰੀ ਆਪਣੇ ਸ਼ਹੀਦਾਂ ਸਿੰਘਾਂ ਨੂੰ ਆਵਾਜ਼ ਮਾਰੀ ਜਦੋਂ ਮੈਂ ਬਾਹਾਂ ਤਾਂ ਕਰਕੇ ਆਵਾਜ਼ ਮਾਰੀ ਨਾ ਉੱਪਰ ਪੂਜਾ ਕਰ ਮੈਂ ਗੁਰੂ ਪੈ ਪੁਕਾਰਿਆ ਤਿੰਨ ਹਾਂ ਲੀਆ ਉਭਾਰੀ ਉਹਨਾਂ ਨੇ ਫਿਰ ਬਾਹੋਂ ਫੜ ਕੇ ਮੈਨੂੰ ਕੱਢ ਲਿਆ ਆਖੋ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਸੱਚੀ ਗੱਲ ਉਹਦੇ ਵਰਗਾ ਕੋਈ ਨਹੀਂ ਜੇ ਉਹ ਪਿਓ ਵੀ ਹੈ ਉਹ ਮਾਂ ਵੀ ਹੈ ਉਹ ਮਿੱਤਰ ਵੀ ਹੈ ਉਹ ਭੈਣ ਵੀ ਹੈ ਭਾਈ ਵੀ ਸਾਰੇ ਰਿਸ਼ਤੇ ਹੀ ਉਹਦੇ ਨਾਲ ਨੇ ਤੇ ਸੱਚੀ ਗੱਲ ਦੁਨੀਆਂ ਦੇ ਰਿਸ਼ਤੇ ਧੋਖਾ ਦੇ ਸਕਦੇ ਨੇ ਪਰ ਬਾਬਾ ਧੋਖਾ ਨਹੀਂ ਜੇ ਦਿੰਦਾ ਉਹ ਧੋਖਾ ਨਹੀਂ ਦਿੰਦਾ ਆਓ ਜਰਾ ਉਹਨੂੰ ਆਵਾਜ਼ ਮਾਰੀਏ ਅਗਲਾ ਸ਼ਬਦ ਇਹ ਵੀ ਪੰਚਮ ਪਾਤਸ਼ਾਹ ਜੀ ਦੀ ਰਸਨਾ ਤੋਂ ਨਿਕਲੇ ਬੋਲ 674 ਨੰਬਰ ਅੰਗ ਦੇ ਉੱਤੇ ਦਰਜ ਹੈ ਕਉ ਐਸੋ ਹਮਰਾ ਮੀਤ ਸਗਲ ਸਮੱਗਰੀ ਜੀਓ ਹੀ ਉਹ ਦਿਓ ਅਰਪੋ ਆਪਣੋ ਚੀਤ ਮੈਂ ਫਿਰ ਬੇਨਤੀ ਕਰਦਾ ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਸ਼ਬਦ ਕੱਢ ਲਓ ਭਾਵੇਂ ਜਿਨ੍ਹਾਂ ਨੇ ਨਹੀਂ ਕੀਤੀ ਨਾਲ ਨਾਲ ਪੜ੍ਹਿਓ ਸੌਖੇ ਸੌਖੇ ਮੈਂ ਸ਼ਬਦ ਪੜ੍ਹਨਾ ਨਾਲ ਨਾਲ ਮੇਰੇ ਜ਼ਰੂਰ ਪੜ੍ਹਿਓ ਅਤੇ ਜਿੱਥੇ ਜਿੱਥੇ ਜਗ੍ਹਾ ਮਿਲੀ
ਮੈਨੂੰ ਪਤਾ ਹੈ ਤੁਸੀਂ ਸਾਰੇ ਪਿਆਰ ਦੇ ਬੱਚੇ ਬੈਠੇ ਹੋ, ਇੱਕ ਵੀ ਪ੍ਰੇਮੀ ਨੇ ਕਾਲੇ ਨਹੀਂ ਪੈਣਾ। ਇਹ ਨਹੀਂ ਕਿ ਭਾਈ ਸਾਹਿਬ ਦੀਆਂ ਅੱਖਾਂ ਬੰਦ ਹੋਈਆਂ, ਸ਼ਬਦ ਪੜ੍ਹਦੇ ਹਾਂ ਚਲੋ ਬਾਹਰ ਟਹਿਲ ਟੂ ਲਾਉਂਦੇ, 5 ਮਿੰਟਾਂ ਬਾਅਦ ਮੇਰੀਆਂ ਅੱਖਾਂ ਬੰਦ ਹੋਈਆਂ ਪਰ ਬਾਪੂ ਖੋਲ ਕੇ ਬੈਠੇ। ਉਹ ਖੋਲ ਕੇ, ਉਹ ਅੱਖਾਂ ਖੋਲ ਕੇ ਬੈਠਾ ਹੈ, ਉਹ ਸਭ ਕੁਝ ਵੇਖ ਰਿਹਾ, ਕਿਹੜਾ ਕਿਹੜੀ ਭਾਵਨਾ ਨਾਲ ਆਇਆ ਸਭ ਦਾ ਪਤਾ ਹੈ, ਸਭ ਦਾ। ਤੇ ਆਓ ਸਾਰੀ ਸੰਗਤ ਕਿਰਪਾ ਕਰਿਓ, ਕੋਈ ਰਸਨਾ ਮੰਜੀ ਨਾ ਰਹੇ। ਸੋ ਹਮਰਾ ਮੀ
ਸਗਲ ਸਮਗਰੀ ਜੀਓ ਹੀ ਓ ਦੇਓ, ਸਗਲ ਸਮਗਰੀ ਜੀਓ ਹੀ ਓ ਦੇਓ, ਅਰਪੋ ਆਪਣੋ ਚੀਤ, 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 ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਸੰਤ ਸੰਭਾਖਨ, ਹਰ ਕੀਰਤਨ ਮਨ ਜਾਗੇ, ਹਰ ਕੀਰਤਨ ਮਨ ਜਾਗੇ, ਹਰ ਕੀਰਤਨ ਮਨ ਜਾਗੇ, ਹੈ ਕੋ ਐਸੋ ਹਮਰਾ ਮੀਤ, ਬਾਬਾ ਦੀਪ ਸਿੰਘ ਜੀ, 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਹੁਣ ਨਿਧਾਨ ਦਿਆਲ ਪੁਰਖ ਪ੍ਰਭ, ਗੁਣ ਨਿ
ਨਿਧਾਨ ਧਿਆਨ ਪੁਰਖ ਪ੍ਰਭ ਸਰਬ ਸੁਖ ਦਿਆਲਾ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਮੰਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਟਿਕਾਵੇ ਪ੍ਰਭੁ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਿਚਲ ਏ ਮਨੁਆ ਬਹੁਰ ਨਕਤ ਹੋਤਾਵੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸੋਈ ਸਾਜਨ ਮੀਤ ਪਿਆਰਾ ਕਿਹੜਾ ਸਾਜਨ ਕਿਹੜਾ ਮੀਤ ਪਿਆਰਾ ਸਾਰੇ ਨਾਮ ਲਵੋ ਖੰਡੇ ਵਾਲੇ ਦਾ ਮੈਨੂੰ ਪਤਾ ਹੈ ਬਹੁਤ ਸਾਰੇ ਪ੍ਰੇਮੀ 4 ਵਜੇ ਤੋਂ ਚੌਂਕੜਾ ਮਾਰ ਕੇ ਬਹਿ ਗਏ ਬਹੁਤ ਸਾਰੇ ਕਈਆਂ ਨੂੰ ਥਕਾਵਟ ਵੀ ਕਈ ਖਲੋ ਗਏ ਨੇ ਥਕਾਵਟ ਕਰਕੇ ਕੋਈ ਨੀ ਬਹਿ ਜਾਓ ਬਚਨ ਮੰਨੋ ਬਹਿ ਜਾਓ ਇੱਕ ਵੀ ਪ੍ਰੇਮੀ ਖਲੋਤਾ ਨਜ਼ਰ ਨਾ ਆਵੇ ਇੱਥੇ ਥੋੜੀ ਬਹੁਤੀ ਇਹ ਥਕਾਵਟ ਝੱਲ ਲਓ ਦੁੱਖਾਂ ਦੀ ਥਕਾਵਟ ਬਾਬਾ ਹੋਣ ਨਹੀਂ ਜੇ ਦੇਵੇਗਾ ਇੱਥੇ ਥੋੜੀ ਬਹੁਤੀ ਥਕਾਵਟ ਝੱਲ ਲਓ ਸੱਚ ਕਹਿ ਰਿਹਾ ਸੱਚ ਦੁੱਖਾਂ ਤਕਲੀਫਾਂ ਦੀਆਂ ਥਕਾਵਟਾਂ ਨੂੰ ਖੰਡੇ ਵਾਲੇ ਨੇ ਮਿਟਾ ਹੀ ਦੇਣਾ ਉਹ ਤੁਸੀਂ ਇੱਥੇ ਥਕਾਵਟ ਝੱਲ ਲਓ ਇੱਕ ਇੱਕ ਬੰਦੇ ਦੇ ਅੰਦਰ ਇਹੋ ਜਿਹੀ ਪਾਵਰ ਖੰਡੇ ਵਾਲੇ ਨੇ ਭਰ ਦੇਣੀ ਹੈ ਕਿ ਜੇ ਤੁਸੀਂ ਵੀ ਕਿਸੇ ਵੱਲ ਪਿਆਰ ਨਾਲ ਨਿਗਾਹ ਪਾ ਕੇ ਵੇਖ ਲਵੋਗੇ ਨਾ ਉਹਦੇ ਵੀ ਦੁੱਖਾਂ ਦੀ ਥਕਾਵਟ ਬਾਬੇ ਨੂੰ ਲਾਉਣੀ ਪੈ ਜਾਣੀ ਹੈ ਜਿਹੜੇ ਘਰਾਂ ਚ ਵੀ ਬੈਠੇ ਹੋ ਨਾ ਆਹ ਚੜ੍ਹਦੀ ਕਲਾ ਨਾਲ ਬੈਠੋ ਕਿਸੇ ਨੇ ਢਿੱਲ ਨਹੀਂ ਵਰਤਾਉਣੀ ਚੜ੍ਹਦੀ ਕਲਾ ਨਾਲ ਔਰ ਸਭ ਨੂੰ ਬੇਨਤੀ ਜੀ ਅਜੇ ਤੱਕ ਵੀ ਪ੍ਰੋਗਰਾਮ ਦਾ ਲਿੰਕ ਸ਼ੇਅਰ ਨਹੀਂ ਨਾ ਕੀਤਾ ਕਰਦੇ ਹੋ ਮੈਂ ਤਾਂ ਵਾਰ ਵਾਰ ਕਹਿੰਦਾ ਟੁੱਟਿਆਂ ਨੂੰ ਜੋੜੋ ਇਹ ਵੀ ਪੁੰਨੇ ਹੁਣ ਸਾਡਾ ਸਾਜਨ ਕੌਣ ਮੀਤ ਕੌਣ ਬੋਲਿਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀ ਜੈ ਸਾਗਰ ਕੱਟੀਏ ਚਮਕੀ ਫਸਾ ਜੀਓ ਸੋਈ ਸਾਜਨ 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 ਮੀਤ ਪਿਆਰਾ
ਬਾਬਾ ਦੀਪ ਸਿੰਘ ਜੀ 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 ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਬਾਬਾ ਦੀਪ ਸਿੰਘ ਜੀ 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 ਨਾ ਮੈਂ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਬਾਬਾ ਦੀਪ ਸਿੰਘ ਜੀ ਜੋ ਹਰ ਕਾ ਪਿਆਰਾ ਬਾਬਾ ਸੋ ਸਭਨਾ ਕਾ ਪਿਆਰਾ ਬਾਬਾ ਹਰ ਕੀਤੀ ਚੱਖ ਚੱਖ ਆਵੇ ਜਾਵੇ ਬਾਬਾ ਦੀਪ ਸਿੰਘ ਜੀ 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 ਚੌਂਕੇ ਦਰਸ ਪਾਪ ਕੋਟ ਉਤਾਰੇ ਜਿਨ੍ਹਾਂ ਦੇ ਦਰਸ਼ਨ ਕਰਕੇ ਕਰੋੜਾਂ ਪਾਪ ਲੈ ਜਾਂਦੇ ਅੱਜ ਆ ਗਏ ਉਹਨਾਂ ਪਾਪ ਲੈ ਗਏ ਨੇ ਆਖੋ ਧੰਨ ਬਾਬਾ ਉਹ ਜਾ ਕੇ ਤਰਸ ਪਾਪ ਕੋਟੀ ਉਤਾਰੇ ਪੇਟਤ ਸੰਗ ਇਹੋ ਪਵ ਜਲ ਤਾਰੇ ਓਏ ਸਾਜਨ 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 ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਬਾਬਾ ਦੀਪ ਸਿੰਘ ਜੀ 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 ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਜਾਂ ਕੀ ਟਹਿਲ ਜਮ ਦੂਤ ਬਿਦਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਤ ਬਲਿਹਾਰੇ ਬਾਬਾ ਦੀਪ ਸਿੰਘ ਜੀ 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 ਬਾਬਾ ਦੀਪ ਸੱਜ ਕੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ
ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98 1 50
8951 3। ਮੇਰੀ ਬੇਨਤੀ ਹਰ ਪਲ ਹਰ ਘੜੀ ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ ਤੁਹਾਡੀ ਬਖਸ਼ਿਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।